ਇੱਕ ਵਾਰ ਜੇ ਇੱਕ ਪਿੰਡ ਹੁੰਦਾ ਜਿੱਥੇ ਲੋਕ ਬਹੁਤ ਗਾਲਾਂ ਕੱਢਦੇ ਹੁੰਦੇ ਆ, ਛੋਟੀ ਮੋਟੀ ਗੱਲ 'ਤੇ ਗਾਲ, ਛੋਟੀ ਮੋਟੀ ਗੱਲ 'ਤੇ ਗਾਲ, ਤਾਂ ਸਾਰੇ ਪਿੰਡ ਦੇ ਬਜ਼ੁਰਗ ਜਨਾਨੀਆਂ ਬਹੁਤ ਦੁਖੀ ਹੁੰਦੀਆਂ, ਕਹਿੰਦੇ ਪੂਰਾ ਮਾਹੌਲ ਹੀ ਐਨ ਖਰਾਬ ਕਰਦਾ ਕਹਿੰਦੇ, ਤਾਂ ਪਿੰਡ ਦਾ ਨਾਂ ਹੀ ਪੈ ਜਾਂਦਾ, ਹਾਂਜੀ ਆਓ ਜੀ ਆਓ ਗਾਲਾਂ ਵਾਲਾ ਪਿੰਡ, ਗਾਲਾਂ ਵਾਲਾ ਪਿੰਡ, ਗਾਲਾਂ ਵਾਲਾ ਪਿੰਡ, ਬੜੀ ਬਦਨਾਮੀ ਹੁੰਦੀ ਜੀ। ਅਤੇ ਪੰਚਾਇਤ ਬੁਲਾਉਂਦਾ ਸਰਪੰਚ, ਕਹਿੰਦਾ ਦੇਖੋ ਜੀ ਹੁਣ ਆਪਾਂ ਇੱਕ ਰੂਲ ਪਾਸ ਕਰ ਦੇਣਾ ਵੀ ਜਿਹਨੇ ਵੀ ਗਾਲ ਕੱਢਣੀ ਉਹ ਸਿੱਧੀ ਗਾਲ ਨਹੀਂ ਕੱਢ ਸਕਦਾ, ਵੀ ਇਹ ਨਹੀਂ ਕਹਿ ਸਕਦਾ ਤੇਰੀ ਭੈਣ ਦੀ, ਤੇਰੀ ਮਾਂ ਦੀ, ਐ ਨਹੀਂ ਕਹਿਣਾ, ਹਰ ਗੱਲ ਕਹਿੰਦਾ ਟਿਊਨ ਬਣਾ ਕੱਢਣੀ ਹੈ, ਜੇ ਗਾਲ ਕੱਢਣੀ ਹੈ ਕੋਈ ਰਿਦਮ ਬਣਾ ਕੇ ਟਿਊਨ ਬਣਾ ਕੱਢਣੀ ਹੈ, ਤਾਂ ਲਓ ਜੀ ਬੜਾ ਅਸਰ ਹੁੰਦਾ। ਪੰਜਾਬੀਆਂ ਨੂੰ ਕਿੱਥੇ ਟਿਊਨ ਬਣਾਉਣੀ ਆਉਂਦੀ ਹੈ, ਲੜਾਈ ਹੁੰਦੀ ਬਸ ਅੰਦਰੋਂ ਅੰਦਰੀ ਘੁੱਟੀ ਜਾਂਦੇ ਆ, ਗਾਲ ਕੱਢ ਨਹੀਂ ਸਕਦੇ। ਤਾਂ ਇੱਕ ਦਿਨ ਜੀ ਲੜਾਈ ਹੁੰਦੀ ਆ ਅਤੇ ਬੰਦਾ ਕਹਿੰਦਾ ਗਾਲ ਕੱਢਣੀ ਕੱਢਣੀ, ਤਾਂ ਉਹ ਕਹਿੰਦਾ ਦੂਜੇ ਬੰਦੇ ਨੂੰ ਗਾਂ ਮੇ ਨਦੀ, ਨਦੀ ਕੇ ਪਾਰ ਪੇੜ, ਪੇੜ ਪੇ ਲਗਾ ਸ਼ਤੂਤ, ਤੇਰੀ ਮਾਂ ਕੀ। ਅਤੇ ਉਹ ਦੂਜਾ ਬੰਦਾ ਕਹਿੰਦਾ ਲੈ ਕਹਿੰਦੇ ਇਹਦਾ ਗਾਲ ਕੱਢਤੀ, ਅਤੇ ਉਹਨੂੰ ਵਿਚਾਰੇ ਨੂੰ ਐਨੀ ਟਿਊਨ ਬਣਾਉਣੀ ਹੁੰਦੀ ਆਉਂਦੀ। ਉਹ ਕਹਿੰਦਾ ਗਾਂ ਮੇ ਨਦੀ, ਨਦੀ ਕੇ ਪਾਰ ਪੇੜ, ਪੇੜ ਪੇ ਲਗੇ ਸ਼ਤੂਤ, ਤੇਰੀ ਭੈਣ ਦਾ। ਉਹ ਕਹਿੰਦਾ ਲੈ ਇਹ ਕੋਈ ਟਿਊਨ ਬਣੀ, ਉਹਨੇ ਜੀ ਸਰਪੰਚ ਨੂੰ ਸ਼ਿਕਾਇਤ ਕਰਤੀ, ਸਰਪੰਚ ਨੇ ਪੰਚਾਇਤ ਬੁਲਾ ਲਈ। ਸਰਪੰਚ ਕਹਿੰਦਾ ਲੈ ਵੀ ਟਿਊਨ ਤਾਂ ਬਣੀ ਨਹੀਂ, ਕਹਿੰਦਾ ਜੀ ਮੈਨੂੰ ਇਹਨੇ ਪੂਰੀ ਗੱਲ ਤਾਂ ਕੱਢਣੀ ਨਹੀਂ ਦਿੱਤੀ, ਪਹਿਲਾਂ ਹੀ ਭੱਜ ਕੇ ਸ਼ਿਕਾਇਤ ਲਾਉਣ ਆ ਗਿਆ, ਕਹਿੰਦਾ ਤੂੰ ਪੂਰੀ ਗੱਲ ਦੱਸ ਦੇ। ਕਹਿੰਦਾ ਮੈਂ ਕਿਹਾ ਸੀ ਗਾਂ ਮੇ ਨਦੀ, ਨਦੀ ਕੇ ਪਾਰ ਪੇੜ, ਪੇੜ ਪੇ ਲਗੇ ਸ਼ਤੂਤ, ਤੇਰੀ ਭੈਣ ਦਾ ਅਤੇ ਸਰਪੰਚ ਦੀ ਮਾਂ ਦੀ